बिस्मिल्लाहिर्रहमानिर्रहीम। पिजन स्पोर्ट्स मंडी बादिन की जानब से आपका दोस्त आपका होस्ट सबरलत इस वक्त के चुनाव से मौजूद हूँ। कोट गखा कामरान साई ऑफ कोट गखा गुजरात आज नाल सारे दोस्तों की और उन्होंने खुशी उत्पादा की सारी उस मौके पर दोस्त बाप सारे इकट्ठे ने माशाल्लाह और उस्ताद शबाज अहमद ऑफ कोट काना उस्ताद मोइन नवाज कमन पार्टी इस हाथ माशाल्लाह जी 1-1 मुकाबला विन किया है और तकरीब सी आज नदीम पार्टी साहब मौजूद हैं उस्ताद शबाज अहमद कोटकाना साहब मौजूद हैं वालेकुम सलाम भाई जान क्या हाल ठीक हो ਇਹਨਾਂ ਲੈਣੇ ਦੇ ਚੱਕਰ ਵਿੱਚ ਦੇ ਦੇ ਕੇ ਨਾ ਉਹ ਛੁਰੀ ਹੈ ਨਾ ਛੁਰੀ ਕੋਈ ਨਹੀਂ ਜੂਏ ਆ ਜੀ ਸਾਹਿਬ ਇਹ ਸਿਗਰਟ ਪਾੜੀ ਹੈ ਕੋਈ ਨਹੀਂ ਚਾਰ ਕਾਬਲੇ ਮੇਰੇ ਕਿਤੇ ਨੇ ਬਾਟ ਬਾਟ ਮਾਸ਼ਾਅੱਲਾ जी दोस्तों इस वक्त जनाब असि मौजूद हाँ भाई कामरान साई साहब ऑफ कोट गखा 1-1 मुकाबले भी इन्होंने विन किए ने और उस तो बाद टूर्नामेंट भी विन किया उस हवाले नाल अज प्रोग्राम से उन्हों का दावत दी सी अपने फादर और गपशप करने हैं भाई कामरान नाल जी अस्सलाम वालेकुम सुनाओ की हाल है सेहत भी है ठीक है थोड़ा सारा आवाज है ना लौट कर रही थोड़ी है थोड़ा जाना अच्छा कल मसला बड़ा खराब होया कोई नहीं मसला अब सारे भावों का बड़ा दावा है इन्हें शुक्रिया अदा करना बड़े आए ने इन्हें दावत की थी है कप्पा चुबेन ने या मुकाबले सानू ना चुबेन ने या क्यों करा ना मुकाबले लगे सान सदाम कांग अच्छा उस्ताद मिठू लाली साहब ने शिकर अच्छा ਉਹਨਾਂ ਨਾਲ ਸਾਡਾ ਮੁਕਾਬਲਾ ਸੀ ਉਹਨਾਂ ਨਾਲ ਚੈਲੰਜ ਕੀਤਾ ਸੀ ਅਸਾਂ ਉਹਨਾਂ ਦਾ ਚਾਰ ਘਰਾਂ ਨਾਲ ਸੀ ਸਾਡੇ ਜੀ ਉਹਨਾਂ ਦਾ ਕਿਹੜੇ ਘਰ ਦੂਜਿਆਂ ਦੇ ਨਾਲ ਇੱਕ ਉਸਤਾਦ ਮਜ਼ਰ ਦਾ ਸ਼ਗੀਰ ਤੇ ਉਸਤਾਦ ਮਜ਼ਰ ਖਾਨੀ ਆ ਉਸਤਾਦ ਉਹਦਾ ਸ਼ਗੀਰ ਤੇ ਸੁਨੈਨ ਹੈ ਉਸਨੈਨ ਨੇ ਸ਼ਾਹੂ ਉਹਦਾ ਪਾਰਟਨਰ ਨੇ ਮਿਲੀ ਚੀਮਾ ਉਹਨਾਂ ਨਾਲ ਸੀ ਇੱਕ ਉਸਤਾਦ ਸੇਲੇ ਗੁਮਰਾਲੀ ਦਾ ਜੀ ਜੀ ਉਸਤਾਦ ਸੇਲੇ ਉਸਤਾਦ ਸੇਲੇ ਉਹਨਾਂ ਦਾ ਸ਼ਗੀਰ ਤੇ ਬਲਾਲ ਮਨਵਰ ਖਾਨ ਸਾਹਿਬ ਇੱਕੋ ਸੀ ਇੱਕ ਹੋਰ ਘਰ ਹੈ ਜਿਹੜਾ ਨਾ ਉਸਤਾਦ ਸ਼ਾਹ ਦੀ ਜ਼ਰੇ ਨਿਗਰਾਨੀ ਚੁੱਟਦੇ ਨੇ ਰਾਜੇ ਕੀ ਦਿਨ ਖਿਆਲ ਕਰ ਗਿਆ ਮੀਆਂ ਸੱਚਾ ਸਾਹਿਬ ਉਹਨਾਂ ਨਾਲ ਸੀ ਇਸਲਾਮ ਨਾਲ ਸੀ ਅੱਛਾ ਚਾਰ ਘਰ ਔਰ ਟੂਰਨਾਮੈਂਟ ਵੀ ਪੈਦਾ ਸੀ ਜਾਂ ਟੂਰਨਾਮੈਂਟ ਸੀ ਸਾਡਾ ਜਿਹੜਾ ਅਸੀਂ ਆਪਣੇ ਰਿਕਾਰਡ ਕਰਾਉਂਦੇ ਪਾਕਿਸਤਾਨ ਫਲੈਂਕ ਪਿਜਨ ਟੂਰਨਾਮੈਂਟ ਪਾਕਿਸਤਾਨ ਫਲੈਂਕ ਪਿਜਨ ਟੂਰਨਾਮੈਂਟ ਲੱਗੇ ਕੀ ਪੰਜ ਪੰਜਾਂ ਪਿੰਡਾਂ ਦਾ ਅੱਛਾ ਅੱਛਾ ਇਹ ਕਿੰਨੇ ਪਿੰਡਾਂ ਤੇ ਆਈ ਇਹ ਪੰਜ ਪਰਿਵਾਰਾਂ ਪੰਜ ਪਰਿਵਾਰਾਂ ਤੇ ਐਵਰੇਜ ਟੋਟਲ ਐਵਰੇਜ ਕਿੰਨੀ ਬਣੀ ਤੁਹਾਡੀ ਟੋਟਲ ਐਵਰੇਜ ਸਾਡੀ ਬਣੀ ਸਾ ਜੇ 265 ਘੰਟਾ ਕੋਈ 5 ਦਿਨ ਦਾ 265 ਘੰਟਾ ਮਾਸ਼ਾਅੱਲਾ ਜਿਹਦੇ ਵਿੱਚ ਸਾਡਾ ਪਹਿਲੇ ਦਿਨ ਇੱਕ ਕਬੂਤਰ ਆਤ ਰਿਹਾ ਕਿ ਅਸੀਂ ਦੂਸਰੇ ਦਿਨ ਉਹਦੇ ਤੋਂ ਤੀਸਰੀ ਪੂਰਾ ਚੌਥੀ ਪੂਰਾ ਤੱਕ ਪੂਰਿਆਂ ਨੂੰ ਛੱਡੋ
ਪਾਈਪਲਾਈਨ ਜਿਹੜੀ ਹੈ ਤੁਹਾਡੀ ਮਤਲਬ ਲਾਸਟ ਟਾਈਮ ਤੁਹਾਡਾ ਕਬੂਤਰ ਫਿਰਤਾਂ ਦੇ ਵਿੱਚ ਕਿਸ ਟਾਈਮ ਤੱਕ ਬੈਠਾ ਹੈ? ਮਾਸ਼ਾਅੱਲਾ ਉਸਤਾਦ ਸ਼ਬਾਜ਼ ਸਾਹਿਬ ਫਸਟ ਟਾਈਮ ਹੀ ਛੱਤ ਸ਼ੋਅ ਕਰ ਰਹੇ ਹਨ। ਛੱਤ ਸ਼ੋਅ ਕਰ ਰਹੇ ਨੇ, ਛੱਤ ਵੀ ਨਵੀਂ ਬਣਾਈ ਹੈ ਅਸੀਂ ਫਸਟ ਟਾਈਮ, ਦੋ ਤਿੰਨ ਮਹੀਨੇ ਹੋ ਗਏ। ਅੱਛਾ, ਪਟਾਈ ਕੀਤੀ ਸੀ ਉੱਪਰ ਲਿਆ ਕੇ। ਹਾਂ, ਕੋਈ ਮੁਕਾਬਲੇ ਲੱਗ ਗਏ ਸਨ। ਅੱਛਾ, ਠੀਕ ਹੈ, ਚਲੋ ਕੋਈ ਨਹੀਂ। ਉਸਤਾਦ ਕੌਣ ਸਾਣਾ ਹੈ ਪਹਿਲਾਂ ਦੇ, ਫਿਰ ਇਹਨਾਂ ਨਾਲ ਮਸ਼ਵਰਾ ਕੀਤਾ ਹੈ ਸ਼ਬਾਜ਼ ਸਾਹਿਬ ਜੀ। ਉਸਤਾਦ ਸ਼ਬਾਜ਼ ਸਾਹਿਬ ਨੇ ਇਹਨਾਂ ਦੀ ਮਿਹਰਬਾਨੀ, ਇਹਨਾਂ ਛੱਤ ਹਟਾਈਏ, ਜਿਹੜਾ ਨਾ ਇਹਨਾਂ ਦਾ ਬੜਾ ਸ਼ੁਕਰੀਆ ਅਸੀਂ ਅਦਾ ਕਰਨੇ ਹਾਂ। ਅੱਗੇ ਵੀ ਇਨਸ਼ਾ ਅੱਲਾ ਇਹ ਡਾਂਗੇ ਸਾਡੀ ਛੱਤ, ਉਹ ਵੀ ਕਾਮਯਾਬੀ ਉਹਨਾਂ ਦੇ ਨਾਲ। ਬਾਕੀ ਇੰਝ ਕਿ ਜਿਹੜਾ ਆਪਣਾ ਕੁਝ ਪਲੇਅਰ ਇਹਦੇ ਨੇ ਕਿ ਜਿਨ੍ਹਾਂ ਨਾਲ ਮੁਕਾਬਲੇ ਸਾਡੇ ਲੱਗੇ ਸਨ, ਉਹਨਾਂ ਸਾਨੂੰ ਜਿਹੜਾ ਬਹੁਤ ਜ਼ਲੀਲ ਕੀਤਾ। ਬੱਚੇ ਉਸਤਾਦ ਦੇ ਵਿਨ ਹੋ ਗਏ ਨਾ, ਵਿਨ ਕਰ ਲਿਆ ਜੀ, ਵਿਨ ਕਰ ਲਿਆ। ਲੇਕਿਨ ਜਿਹੜਾ ਨਾ ਉਹਨਾਂ ਸਾਡੇ ਨਾਲ ਤਾਵਨ ਇਹ ਹਿਸਾਬ ਦਾ ਕੀਤਾ ਕਿ ਲਾਸਟ ਦਿਨ ਉਹਨਾਂ ਸਾਨੂੰ ਬੜਾ ਜ਼ਲੀਲ ਕੀਤਾ। ਚਲੋ, ਬੈਸਟ ਆਫ ਲੱਕ ਜਾ, ਮਾਸ਼ਾ ਅੱਲਾ ਜੀ। ਇੱਥੇ ਆ ਅਸੀਂ ਤੇ ਇੱਕ ਗਾਮ ਦਿੰਦੇ ਆ, ਜਿਹੜਾ ਨਾ ਜਿਹੜੇ ਅੱਛੇ ਉਸਤਾਦ ਨੇ ਜਾਂ ਸ਼ਬੀਰਤ ਅੱਛੀ ਆ, ਜਿਹੜੇ ਮਿਲਿਆ ਉਹ ਨਾ ਕੋਨਾ ਮਿਲੇ ਦਾ ਨਾ ਕੋਨਾ ਸਾਹਮਣੇ ਪੱਟੀ ਸਾਹਿਬ ਨੇ, ਚਾਚੇ ਨੂੰ ਮਿਲਿਆ ਉਹ ਨਾ ਸੋਹਣਾ ਮਿਲੇ ਦਾ ਪੱਟੀ ਸਾਹਿਬ ਇੱਥੇ ਆਓ ਜੀ। ਮਾਸ਼ਾ ਅੱਲਾ, ਬੜਾ ਸਾਰੇ ਨੇ ਆਉਂਦੇ ਆ ਕਿ ਜਿਹੜਾ ਨਾ ਅੱਛਾ ਸ਼ੋਅ ਕਰਨ ਬਾਬਾ ਟੋਰ ਇੱਥੇ ਉਸਤਾਦ ਦੇ ਰਹਿਣ ਮਾ ਉਲੜੇ ਆਠੇ ਆਉਰਾ ਬੜੀ ਪਰਫਾਰਮੈਂਸ ਦਿੱਤੀ ਹੈ ਤੁਸੀਂ ਮਾਸ਼ਾ ਅੱਲਾ। ਔਰ ਪੁਆਇੰਟ ਵਨ ਮੁਕਾਬਲੇ ਵੀ ਤਾਂ ਤੁਹਾਡੇ ਚਾਰ ਘਰਾਂ ਨਾਲ, ਔਰ ਟੂਰਨਾਮੈਂਟ ਵੀ ਤੁਸੀਂ ਵਨ ਕੀਤਾ ਮਾਸ਼ਾ ਅੱਲਾ। ਔਰ ਸਪੈਸ਼ਲੀ ਰਹਿਨਮਾਈ ਉਸਤਾਦ ਸ਼ਬਾਜ਼ ਅਹਿਮਦ ਕੋਟਕਾਨਾ ਸਾਹਿਬ ਦੀ ਰਹਿਨਮਾਈ ਵਿੱਚ ਤੁਸੀਂ ਕੀਤੀ ਪਰਫਾਰਮੈਂਸ। ਇੱਕ ਕਬੂਤਰਬਾਜ਼ੀ ਜਿਹੜੀ ਹੈ, ਕਿੰਨੇ ਘਰਸੇ ਤੁਸੀਂ ਕਰ ਰਹੇ ਹੋ ਸ਼ੌਕ? ਬਚਪਨ ਤੋਂ ਹੀ ਉਸਤਾਦ ਸ਼ਬਾਜ਼ ਸਾਹਿਬ ਨਾਲ ਫਸਟ ਟਾਈਮ ਹੀ ਮਤਲਬ? ਅੱਛਾ, ਠੀਕ ਹੈ। ਕੈਸਾ ਹੁਣ ਤੁਹਾਡਾ ਮਤਲਬ ਤੁਹਾਡਾ ਜ਼ਿਹਨ ਦੇ ਮੁਤਾਬਕ ਉਸਤਾਦ ਰਾਂ ਦੀ ਪਰਫਾਰਮੈਂਸ? ਮਾਸ਼ਾ ਅੱਲਾ, ਸਾਰਿਆਂ ਦੇਖੀਏ ਸਾਨੂੰ ਵੇਖੀਏ, ਬੜਾ ਅੱਛਾ ਰਿਜ਼ਲਟ ਰਿਹਾ, ਪ੍ਰੋਪਰ ਹੋਣਾ ਇਹਨਾਂ ਦੀ ਜ਼ਿਹਨ ਦੀ ਬਾਜ਼ੀ ਸੀ ਤੇ ਉਸਤਾਦ ਰਾਂ ਬੜੇ ਅੱਛੇ ਕਬੂਤਰ ਡਾਏ ਨੇ। ਲਾਸਟ ਦਿਨ ਵੀ ਸਾਡੇ ਕਬੂਤਰ ਜਿਹੜੇ ਨੇ ਅੱਛੇ ਟਾਈਮ ਬੈਠੇ ਨੇ ਮਾਸ਼ਾ ਅੱਲਾ ਜੀ। ਕਾਫੀ ਜਿਨ੍ਹਾਂ ਨਾਲ ਸਾਡੇ ਮੁਕਾਬਲੇ ਸਨ ਜਾਂ ਟੂਰਨਾਮੈਂਟ ਦੀਆਂ ਛੱਤਾਂ ਸਨ, ਸਾਰਿਆਂ ਦੇ ਸਾਰੇ ਸਾਰੇ ਪੂਰੇ ਹੋ ਕੇ ਸਨ ਤੇ ਸਾਡੇ ਦੋ ਦੋ ਬੈਠੇ ਸਨ। ਸਾਰਿਆਂ ਤੋਂ ਤੀਸਰਾ ਤੀਸਰਾ ਕਬੂਤਰ ਸਾਡਾ ਉਸ ਟਾਈਮ ਬੈਠਿਆ ਜਿਸ ਟਾਈਮ ਸਾਰਿਆਂ ਦੇ ਬੈਗ ਵਿੱਚ ਸ਼ਾਮ ਤੱਕ ਕੱਪ ਚ ਵੀ ਤੇ ਵਿਨ ਟੂਰਨਾਮੈਂਟ ਵੀ ਵਿਨ ਕੀਤਾ, ਮਤਲਬ ਪਹਿਲੀ ਪੋਜੀਸ਼ਨ ਹਾਸਲ ਕੀਤੀ। ਮਾਸ਼ਾ ਅੱਲਾ, ਬੜੀ ਗੱਲ। ਜਨਾਬ ਮੌਜੂਦ ਨੇ ਫਖਰ ਗੋਵਾਲ ਨਦੀਮ ਭੱਟੀ ਸਾਹਿਬ, ਉਸਤਾਦ ਸ਼ਬਾਜ਼ ਅਹਿਮਦ ਕੋਟਕਾਨਾ ਸਾਹਿਬ ਔਰ ਮੁਗਵਾਲ ਤੋਂ ਜੀ। ਅਸਲਾਮ ਵਾਲੇਕਮ ਜੀ, ਕੀ ਹਾਲ ਹੈ ਸਰ ਜੀ? ਠੀਕ ਹੋ? ਠੀਕ ਹੈ। ਸਭ ਤੋਂ ਪਹਿਲੇ ਜਨਾਬ ਮੁਬਾਰਕਬਾਦ ਪੇਸ਼ ਕਰਨੇ ਆ। ਮਾਸ਼ਾ ਅੱਲਾ, ਬੜਾ ਅੱਛਾ ਰਿਜ਼ਲਟ ਔਰ ਲਾਜਵਾਬ ਪਰਫਾਰਮੈਂਸ ਦਿੱਤੀ ਤੁਸੀਂ। ਉਹ ਤਾਂ ਗੱਲ ਠੀਕ ਹੈ ਉਸਤਾਦ ਜੀ, ਕਿਉਂਕਿ ਕਾਫੀ ਪੀਰੀਅਡ ਲੰਬਾ ਹੈ, ਕਿਉਂਕਿ ਇੱਕ ਐਸਾ ਦਰਿਆ ਹੈ, ਸਮੁੰਦਰ ਕਹਿ ਲੈਂਦੇ ਹਾਂ ਕਿ ਇਸ ਨੂੰ ਅਸੀਂ ਤਹਿ ਤੱਕ ਅਜੇ ਤੱਕ ਕੋਈ ਨਹੀਂ ਗਿਆ, ਕਿਉਂਕਿ ਹੁਣ ਤੁਸੀਂ ਦੇਖ ਲਓ ਕਿ ਮੌਸਮ ਹੈ ਜਿਹੜਾ ਚੇਤਰ ਗੁਜ਼ਰਿਆ ਹੈ ਇਸ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਜੇਠ ਔਰ ਵਿਸਾਖ ਸੀ ਜਾ, ਅਤੇ ਇਸ ਦੇ ਵਿੱਚ ਵੀ ਮਾਸ਼ਾ ਅੱਲਾ ਇਤਨੀ ਅੱਛੀ ਪਰਫਾਰਮੈਂਸ ਦੇਖਿਆ, ਕਾਫੀ ਦੋਸਤਾਂ ਦੇ ਆਪਣੇ ਕਬੂਤਰ ਵੀ ਨਹੀਂ ਬੈਠੇ ਹਨ, ਅਤੇ ਤੁਸਾਂ ਇਸ ਹੱਦ 'ਤੇ ਪੰਜ ਦਿਨ ਦੀ
वन मुकाबला भी आई और टूर्नामेंट भी आए, उस काफ़ी माशाल्लाह मेहनत की है। तो उस बारे च भाई कमरान साहब जोड़े ने इन्हों के बारे दसो कि इन्हों मेहनत इन्हों की जी हाँ इन्हें मेहनत की है। चलो ना आसरा किया अल्लाह पाक ने कामयाबी दी माशाल्लाह। और इन्हों दस रहे कि काफ़ी मतलब अरसे तो अटैच भी ने, फस्ट टाइम ही फिर होना मुकाबले भी लगे ने इन्हों और विन भी किए हैं या पहली बार पूछा इन्हें लाए जिस इस्लाम दुआ तो फिर शुरू तू है इन्होंने निके होंगे उत्तरबाजी पहली बार माशाल्लाह। अजी इस बाद तुसी अपनी छत भी कोई मुकाबले वगैरह तय हो या टूर्नामेंट वगैरह का शौक जी हाँ मुकाबले साढ़े तय हो अच्छा माशाल्लाह। इस कप हर बार दो छतें लटाइयां दो पहले तो जीत आईयां दो छत्ता उड़ाइया दोनों ही नंबर पोजीशन उस्ताद जी जिहड़े तुहाडे परिंदे उडाए नूं चाहुंदे परिंदां दा भी शौक करवा देवो ताकि मेरे वीवर जिहड़े देखण वाले नूं भी शौक करन कि पंज दिन दी है जिहड़ी टोटल एवरेज दी वह भी माशाल्लाह बहुत अच्छी रही है तुहाडी। उस्ताद जी मौसम दे बारे च कोई गल बात दसो कि काफ़ी दोस्त जिहड़े ने पुछदे ने कि यार कबूतर उडाई दे ने आउंदे नहीं पै बड़े पुराने पुराने कबूतर ने जिहड़े नहीं आ रहे। मौसम एक्चुअली काफ़ी सारी तब्दीली आई है अगर चेत्र में जिम्मे जो चेत्र ठंडा होंगे चेत्र भी इंज सी कि जिम्मे विसाख लगे है अगर जिनी कि तैयारी करनी है तो हिसाब से जानवर आखरी दिन भी मादी छे बाइया तो बैठी है कामरान साई आप कोट कखा उन्होंने शगीर उस्ताद शबाज आप कोट काना जनाब टूर्नामेंट और वन टू वन मुकाबले के जोड़े कबूतर प्रवास उड्डे सन उन्होंने शौक करवा रहे हैं मादी है जनाब इन्हों की जी पंजी फिरत भी छे बारह तो बैठी है माशाल्लाह ठीक पंजा शौक
माशाल्लाह जी एस टी की टाइमिंग रही है कामरान भाई ये चार तो पार ही बन जा रहे वालेकुम अस्सलाम जी हमजा भाई पौश की हाल है ठीक हो ठीक दूसरा कंधा जबरदस्त बहादुर कबूतर भी इसलिए नहीं टोटल Thank you.
ਇਸ ਦਾ ਸੰਨਾ ਸਾਹਿਬ ਬਹੁਤ ਪਿਆਰ ਮਾਸ਼ਾ ਹੈਲਪਰ ਪਾਇਆ ਸੀ ਦੋਵੇਂ ਪਰਿਵਾਰਾਂ ਜਿਹੜੀਆਂ ਚਾਰ ਦੀਵਾਰ ਪੈਂਦਾ ਭਾਜੀ ਟੈਂਪਰੇਚਰ ਜ਼ਿਆਦਾ ਹੀ ਨਹੀਂ ਹੋ ਰਿਹਾ ਹੁਣ ਤਾਂ ਜੀ ਅੱਗੋਂ ਕਹਿੰਦੇ ਨੇ 44 ਤੱਕ ਆ ਰਿਹਾ ਜੀ ਹੈਲਪਰ ਸੀ ਉਸਦੇ ਬਾਵਜੂਦ ਮਾਸ਼ਾਅੱਲਾ ਜੀ ਚਾਰ ਦੀ ਬਰਬਾਦ ਨਹੀਂ ਸੀ ਦੋ ਹੀ ਅਸੀਂ ਹੈਲਪਰ ਪਾਏ ਤੇ ਦੋ ਹੀ ਜਿਹੜਾ ਦੂਸਰਿਆਂ ਨੂੰ ਅੱਛੀ ਅੱਛਾ जी दोस्तों माशाल्लाह शोक करवाया आशीर्वाद आपको ताना शिकर चाहते जनाब आए ने और ਕਿਸੇ ਤਾਰਫ ਦੇ ਮੁਤਾਜ ਨਹੀਂ ਹੈ ਨਾ ਬੜੀ ਜਾਣੀ ਪਛਾਣੀ ਸ਼ਖਸੀਅਤ ਨੇ ਕੀ ਗੱਲ ਹੈ ਹੁਣ ਟੂਰਨਾਮੈਂਟ ਤੋਂ ਨਾ ਕਰਵਾਉਂਦੇ ਅੱਛਾ ਅੱਜ ਅਸੀਂ ਕਾਮਰਾਨ ਸਾਈ ਆਫ ਕੋਟ ਗੱਖਾ ਉਹਨਾਂ ਦੀ ਛੱਤ ਸ਼ੋਅ ਕਰ ਰਿਹਾ ਸੀ ਔਰ ਉਸਤਾਦ ਸ਼ਬਾਜ਼ ਆਫਕੋਟ ਖਾਨਾ ਮੌਜੂਦ ਨੇ ਉਸ ਤੋਂ ਬਾਅਦ ਨਦੀਮ ਭੱਟੀ ਸਾਹਿਬ ਮੌਜੂਦ ਨੇ ਕੀਤਾ ਨਾ ਠੀਕ ਹੈ ਦੋਸਤੋ ਇਨਸ਼ਾਅੱਲਾ ਕੱਲ੍ਹ ਨਹੀਂ ਇੱਕ ਛੱਤ ਸ਼ੋਅ ਹੋਵੇਗਾ ਕਸ਼ਮੀਰੀ ਤਬੀਅਤ ਅਫਸੈਟ ਆਵਾਜ਼ ਜਿਹੜੀ ਬਿਲਕੁਲ ਠੀਕ ਨਹੀਂ ਹੈ ਜ਼ਿਆਦਾ ਚਾਹੁੰਦੇ ਹਾਂ